ਤਸਵੀਰਾਂ 'ਚ ਨਜ਼ਰ ਆ ਰਹੀ ਇਸ ਕਾਰ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ, ਕਿਉਂਕਿ ਦੇਰ ਰਾਤ ਤੋਂ ਖੜੀ ਇਹ ਕਾਰ ਸਵੇਰੇ ਤੱਕ ਵੀ ਉਸੇ ਤਰ੍ਹਾਂ ਹੀ ਖੜੀ ਸੀ। ਨਾ ਤਾਂ ਕੋਈ ਹਿਲਜੁਲ ਹੋਈ ਤੇ ਨਾ ਹੀ ਕਾਰ ਕੀਤੀ ਗਈ, ਜਿਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋਇਆ ਤੇ ਲੋਕਾਂ ਨੇ ਹਿੰਮਤ ਕਰਦਿਆਂ ਹੋਇਆਂ ਕਾਰ ਦੇ ਧੁੰਦਲੇ ਸ਼ੀਸ਼ੇ ਤੋਂ ਅੰਦਰ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ, ਕਿਉਂਕਿ ਕਾਰ ਦੇ ਵਿੱਚ ਇੱਕ ਅਰਧ ਨਗਨ ਹਾਲਤ ਦੇ ਵਿੱਚ ਵਿਅਕਤੀ ਬੇਸੁੱਧ ਪਿਆ ਹੋਇਆ ਸੀ। ਜਿਸ ਤੋਂ ਬਾਅਦ ਸਹਿਮੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਕਾਰ ਦਾ ਦਰਵਾਜ਼ਾ ਖੋਲ ਕੇ ਜਦੋਂ ਦੇਖਿਆ ਤਾਂ ਇਹ ਵਿਅਕਤੀ ਮ੍ਰਿਤਕ ਸੀ, ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ। ਉਧਰ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਇਹ ਵੀਡੀਓ ਰੋਪੜ ਦੇ ਨਿਰੰਕਾਰੀ ਭਵਨ ਦੇ ਨਜ਼ਦੀਕ ਦੀ ਹੈ, ਜਿੱਥੇ ਇੱਕ ਕਾਰ ਦੇ ਵਿੱਚ ਇਹ ਲਾਸ਼ ਮਿਲੀ ਹੈ ਅਰਧ ਨਗਨ ਹਾਲਤ ਦੇ ਵਿੱਚ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ ਵਜੋਂ ਹੋਈ ਹੈ, ਜੋ ਕਿ ਆਰਮੀ ਤੋਂ ਰਿਟਾਇਰ ਹੋਣ ਤੋਂ ਬਾਅਦ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਿਹਾ ਸੀ। ਇਸ ਦੇ 3 ਬੱਚੇ ਵੀ ਨੇ। ਉਧਰ ਹੀ ਜਦੋਂ ਪਰਿਵਾਰ ਨੂੰ ਇਹ ਪਤਾ ਲੱਗਿਆ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਅਤੇ ਧਾਹਾਂ ਮਾਰ ਮਾਰ ਕੇ ਪਰਿਵਾਰ ਵੀ ਰੋ ਰਿਹਾ ਹੈ। ਹਾਲਾਂਕਿ ਇਸ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਇਹ ਅਜੇ ਤੱਕ ਸਾਫ਼ ਨਹੀਂ ਹੋਇਆ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਹੈ, ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਏਗਾ, ਜਿਸ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ। ਇਹ ਸਾਨੂੰ ਇੱਕ ਇਨਫੋਰਮੇਸ਼ਨ ਅੱਜ ਸਵੇਰੇ ਆਈ ਸੀ ਵੀ ਇੰਡਗਾ ਗੱਡੀ ਦੇ ਵਿੱਚ ਇੱਕ ਡੈੱਡ ਬੋਡੀ ਆ, ਜਿਹੜੀ ਲੋਕਲ ਇੰਡਗਾ PV12 ਵਾਰਡ 86 ਨੰਬਰ ਆ, ਲੋਕਲ ਜਗਜੀਤ ਨਗਰ ਦੀ ਆ। ਉਹਦੇ 'ਚ ਇੱਕ ਡੈੱਡ ਬੋਡੀ ਪਈ ਸੀ, ਹੁਣ ਅਸੀਂ ਉਹ ਪੋਸਟਮਾਰਟਮ ਲਈ ਹਸਪਤਾਲ ਭੇਜੀ ਆ, ਮੈਂ ਤਾਂ DSP ਡੀ ਸਾਹਿਬ ਦੇ SHO ਸਿਟੀ। ਅਜੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਗੋਇੰਗ ਔਨ ਹੈ, ਉਹ ਤੋਂ ਬਾਅਦ ਹੀ ਕਲੀਅਰ ਕਰਾਂਗੇ ਕੀ ਹੈ। ਮੁੱਢਲੀ ਜਾਣਕਾਰੀ ਦਾ ਜਿਹੜਾ ਡੈੱਡ ਬੋਡੀ ਹੈ, ਡੈੱਡ ਬੋਡੀ ਦੀ ਅਜੇ ਕੋਈ ਇੰਜਰੀ ਵੀ ਸਾਨੂੰ ਦਿਖੀ ਨਹੀਂ ਹੈ ਤੇ ਇਹ ਥਾਰੋਲੀ ਚੈੱਕ ਕਰਕੇ ਤੁਹਾਨੂੰ ਉਦੋਂ ਬਾਅਦ 'ਚੋਂ ਦੱਸ ਸਕਦੇ ਹਾਂ। ਸਰ ਕਿਹੜੇ ਹਾਲਾਤਾਂ 'ਚ ਸੀ? ਹਾਲਾਤ ਸਸਪੈਕਟਡ ਹਾਲਾਤ ਆ ਥੋੜ੍ਹੇ। ਅਤੇ ਗੱਡੀ ਕਿੱਥੋਂ ਦੀ ਗੱਡੀ ਹੈਗੀ, ਜਿਵੇਂ ਨੰਬਰ? ਇਹ ਲੋਕਲ ਨੰਬਰ ਹੈ PV12 ਜਗਜੀਤ ਨਗਰ ਰੋਪੜ ਦੀ। ਇਹ ਅਜੇ ਬੇਸਿਕਲੀ ਆਊਟਲੁੱਕ ਤੋਂ ਸਿਕਿਉਰਿਟੀ ਗਾਰਡ ਵਗੈਰਾ ਲੱਗ ਰਿਹਾ, ਜਿਹੜੀ ਉਹਦੀ ਪੈਂਟ ਸੀ ਜਿਹੜੀ ਉਹਦੀ ਪਾਈ। ਉਮਰ ਕਿੰਨੀ ਕੁ ਲੱਗਦੀ ਹੈ ਜੀ? ਉਮਰ 36-37 ਸਾਲ ਦਾ। ਠੀਕ। ਹਾਂ, ਕੌਣ ਹੈਗਾ ਇਹ? ਇਹ ਕੌਣ ਸੀ? ਇਹ ਭਾਜੀ ਸਾਡੇ ਗੁਆਂਢੀ ਹੋਈ ਹੈ ਇੱਕ, ਅਤੇ ਇਹ ਆਰਮੀ 'ਚ ਰਿਟਾਇਰ ਹੋ ਕੇ ਹੁਣ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਜੀ ਪਾਵਰ ਕਲੋਨੀ। ਨਾਮ ਪਰਿਵਾਰ? ਇਹਨਾਂ ਦੇ ਪਰਿਵਾਰ, ਇਹਦਾ ਨਾਮ ਹਰਪ੍ਰੀਤ ਆ ਜੀ, ਇਹਨਾਂ ਦੇ 3 ਬੱਚੇ ਆ ਜੀ, 2 ਬੇਟੇ 1 ਬੇਟਾ ਜੀ। ਰਹਿਣ ਵਾਲੇ ਕਿੱਥੇ? ਇਹ ਜਗਜੀਤ ਨਗਰ ਜੀ। ਕਿੰਨੀ ਕੁ ਦੇਰ ਤੋਂ ਰਿਟਾਇਰ ਹੋਏ ਵੇ? ਮੈਨੂੰ ਭਾਅ ਜੀ ਹੋ ਗਏ ਪਰਸੋਂ, 6-7 ਸਾਲ ਹੋ ਗਏ ਰਿਟਾਇਰ ਹੋਏ ਨੂੰ ਆਰਮੀ 'ਚੋਂ। ਤਸਵੀਰਾਂ 'ਚ ਨਜ਼ਰ ਆ ਰਹੀ ਇਸ ਕਾਰ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ, ਕਿਉਂਕਿ ਦੇਰ ਰਾਤ ਤੋਂ ਖੜੀ ਇਹ ਕਾਰ ਸਵੇਰੇ ਤੱਕ ਵੀ ਉਸੇ ਤਰ੍ਹਾਂ ਹੀ ਖੜੀ ਸੀ। ਨਾ ਤਾਂ ਕੋਈ ਹਿਲਜੁਲ ਹੋਈ ਤੇ ਨਾ ਹੀ ਕਾਰ ਕੀਤੀ ਗਈ, ਜਿਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋਇਆ ਤੇ ਲੋਕਾਂ ਨੇ ਹਿੰਮਤ ਕਰਦਿਆਂ ਹੋਇਆਂ ਕਾਰ ਦੇ ਧੁੰਦਲੇ ਸ਼ੀਸ਼ੇ ਤੋਂ ਅੰਦਰ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ, ਕਿਉਂਕਿ ਕਾਰ ਦੇ ਵਿੱਚ ਇੱਕ ਅਰਧ ਨਗਨ ਹਾਲਤ ਦੇ ਵਿੱਚ ਵਿਅਕਤੀ ਬੇਸੁੱਧ ਪਿਆ ਹੋਇਆ ਸੀ। ਜਿਸ ਤੋਂ ਬਾਅਦ ਸਹਿਮੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਕਾਰ ਦਾ ਦਰਵਾਜ਼ਾ ਖੋਲ ਕੇ ਜਦੋਂ ਦੇਖਿਆ ਤਾਂ ਇਹ ਵਿਅਕਤੀ ਮ੍ਰਿਤਕ ਸੀ, ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਹੈ। ਉਧਰ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਇਹ ਵੀਡੀਓ ਰੋਪੜ ਦੇ ਨਿਰੰਕਾਰੀ ਭਵਨ ਦੇ ਨਜ਼ਦੀਕ ਦੀ ਹੈ, ਜਿੱਥੇ ਇੱਕ ਕਾਰ ਦੇ ਵਿੱਚ ਇਹ ਲਾਸ਼ ਮਿਲੀ ਹੈ ਅਰਧ ਨਗਨ ਹਾਲਤ ਦੇ ਵਿੱਚ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ ਵਜੋਂ ਹੋਈ ਹੈ, ਜੋ ਕਿ ਆਰਮੀ ਤੋਂ ਰਿਟਾਇਰ ਹੋਣ ਤੋਂ ਬਾਅਦ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਿਹਾ ਸੀ। ਇਸ ਦੇ 3 ਬੱਚੇ ਵੀ ਨੇ। ਉਧਰ ਹੀ ਜਦੋਂ ਪਰਿਵਾਰ ਨੂੰ ਇਹ ਪਤਾ ਲੱਗਿਆ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਅਤੇ ਧਾਹਾਂ ਮਾਰ ਮਾਰ ਕੇ ਪਰਿਵਾਰ ਵੀ ਰੋ ਰਿਹਾ ਹੈ।
ਹਾਲਾਂਕਿ ਇਸ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਇਹ ਅਜੇ ਤੱਕ ਸਾਫ਼ ਨਹੀਂ ਹੋਇਆ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਹੈ, ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਏਗਾ, ਜਿਸ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ।